ਸਾਡੇ ਵਿੱਚ
Kita
छोड़ छोड़ दे माखनी कहते कपड़ा पीते हल्का नाम नितह नित लीजा कहते एक पर खाने करने छक दे जे वाले करना ही ते कहते केवल ते केवल नाम जपना कर गुरु अर्जन देव महाराज जी पुज्या सते पादशाह किसे ने दसया कि पादशाह ते करो तो होया करता है ते जे किने ओदी प्राप्ति हो जावे ते ओदे तो कहते मुंह मंगिया सारा कुछ मिल जाता है। गुरु अर्जन लिखदे ने कहते भी पादशाह तो रोग कोई नहीं अज तक किसे ने देखिया महाराज फिर की है कहते पादशाह ते हर को नाम परमेश्वर का नाम ही पादशाह तो रोग है। जेड़ा मनुख अपने घर विच नाम जपेगा ना समझ लो ओदे बेड़े दे विच पादशाह दा रुख लग जाउ मुंह मंगिया मरादा प्राप्त हो सकदी है। गुरु नानक देव सच्चे पातशाह संसार विच आए ते की देखे गए केवल ते केवल भाई गुरदास जी लिखदे कहिंदे कलयुग दा जे उद्धार कीता सी गुरु नानक ने केवल ते केवल इको एक तरीका सी ओह की सी कहिंदे उन्हें सत नाम पढ़ मंत्र सुनाया ते कहिंदे कब तारण गुरु नानक के आया आख्या वी इहदा जाप करिया करो भाव गुरु नानक देव सच्चे पातशाह ने नाम जपाया। तुसी देखो गुरु नानक देव सच्चे पातशाह पटिया कल जांदे श्रीलंका दे विच ही पैंदा है। गुरु नानक देव महाराज ने बहुत वड्डियां वड्डियां लंबियां लंबियां उदासियां कीतियां। एक गुरु नानक देव जी दा सिद्ध होया उहदा नाम सी मानसुख लाहौर निवासी सी। काम इहदा इह सी कि दक्षिणी भारत विच जा के मसाले खरीददा ते पंजाब विच लियाउंदा ते इत्थे बेचदा है। जो कुछ उत्थे चाहिदा होंदा उह पंजाब तों लै जांदा है। इस तरह लै के जांदा है ਜਦੋਂ ਉੱਥੇ ਮੱਠੀਆਂ ਕਲਮ ਪਹੁੰਚਿਆ ਤੇ ਕਾਂਸ਼ੀ ਦਾ ਦਿਨ ਆਇਆ ਤੇ ਹੁਣ ਕਾਨੂੰਨ ਇਹ ਸੀ ਬਈ ਇੱਥੇ ਕਾਂਸ਼ੀ ਵਾਲੇ ਤੈਨੂੰ ਵਰਤ ਰੱਖਣਾ ਕੋਈ ਲੰਘਣਾ ਨਾ ਕਰੇ। ਭਾਈ ਮਨਸੁਖ ਇਹਨਾਂ ਕਰਮ ਕਾਂਡਾਂ ਤੋਂ ਉੱਚਾ ਸੀ ਨਾਮ ਦੀ ਰਾਤ ਪ੍ਰਾਪਤ ਹੋਈ ਹੋਈ ਹੈ। ਸਵੇਰੇ ਉੱਠ ਕੇ ਇਹਨੇ ਨਾਮ ਜਪਿਆ ਜੋ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਸਾਨੂੰ ਨਿਸ਼ਾਨੀਆਂ ਦੱਸੀਆਂ ਨਾ ਮਹਾਰਾਜ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠ ਹਨ ਨਾਮ ਧਿਆਵੇ ਉਤਮ ਕਰਾ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਲ ਕਿਲ ਵਿਖ ਪਾਪ ਦੋਖ ਲੈ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਤੇ ਬਾਹਦਿਆਂ ਉੱਠਦਿਆਂ ਹਰੀ ਨਾਮ ਧਿਆਵੇ। ਇਹ ਨਿਸ਼ਾਨੀਆਂ ਨੇ ਏਦਾਂ ਦਾ ਹੀ ਉਹਦਾ ਜੀਵਨ ਸੀ। ਜਾ ਕੇ ਅੰਮ੍ਰਿਤ ਵੇਲੇ ਉੱਠਿਆ ਇਸ਼ਨਾਨ ਕੀਤਾ ਨਾਮ ਜਪਿਆ ਨਾਮ ਜਪ ਕੇ ਹੁਣ ਉੱਥੇ ਲੰਗਰ ਤਿਆਰ ਕਰਨਾ ਸੀ ਲੰਗਰ ਤਿਆਰ ਕੀਤਾ ਆਪ ਸ਼ਕਲ ਬੈਠਾ ਕਹਿਣ ਲੱਗਾ ਉਹ ਜਾਂਦਾ ਸੀ ਦਿੱਤੀ ਹੋਈ ਨਿਮਤ ਪਹਿਲਾਂ ਖਾ ਜਾਵਾਂ ਵੰਡਣੀ ਚਾਹੀਦੀ ਜੋ ਗੁਰੂ ਨਾਨਕ ਨੇ ਉਪਦੇਸ਼ ਦਿੱਤਾ ਹੈ। ਉਹਨਾਂ ਭੁੱਖਿਆਂ ਲੱਗਿਆ ਤੇ ਕੋਲ ਜਾ ਕੇ ਲੰਗਰ ਲਾ ਦਿੱਤਾ ਤੇ ਜਦੋਂ ਉਹਨਾਂ ਲੰਗਰ ਛਕਿਆ ਤੇ ਇਹਦੀ ਸ਼ਿਕਾਇਤ ਹੋਈ ਮਹਾਰਾਜ ਕੋਈ ਏਦਾਂ ਦਾ ਵਪਾਰੀ ਆਇਆ ਜਿਹਨੇ ਤੁਹਾਡੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਕਹਿੰਦੇ ਵੀ ਇਹਨੂੰ ਸੱਦਿਆ ਗਿਆ ਮਨਸੁਖ ਨੂੰ ਆ ਗਿਆ ਵੀ ਏਦਾਂ ਕਿਉਂ ਕੀਤਾ ਹੈ ਰਾਜ ਦੰਡ ਦੇ ਆਮਲੀ ਅਨੁਸਾਰ ਜੇ ਉਹਨੂੰ ਦੰਡ ਦਿੱਤਾ ਜਾਵੇਗਾ ਤੇ ਦੱਸ ਵੀ ਇਹ ਕਿਉਂ ਕੀਤਾ। ਉਹਨੇ ਆਖਿਆ ਮਹਾਰਾਜ ਕਰਨਾ ਕਿਉਂ ਨਹੀਂ ਇਹ ਚੀਜ਼ਾਂ ਤਾਂ ਬਣਾਈ ਪਰਮੇਸ਼ਵਰ ਨੇ ਖਾਣ ਲਈ ਹੈ। ਮੈਂ ਇੱਕ ਪਰਮੇਸ਼ਵਰ ਨੂੰ ਮੰਨਣ ਵਾਲਾ ਆਸਤਿਕ ਵਿਅਕਤੀ ਆ ਉਹਦੀ ਪੂਜਾ ਪਾਠ ਕਰਕੇ ਜੋ ਭੇਜਦਾ ਮੈਂ ਲੋਕਾਂ ਦੇ ਵਿੱਚ ਵੰਡ ਕੇ ਖਾਣਾ ਹੈ ਇਹ ਮੇਰਾ ਧਰਮ ਹੈ ਤੇ ਤੁਸੀਂ ਲੋਕਾਂ ਨੂੰ ਖਾਣ ਤੋਂ ਰੋਕਦੇ ਹੋ ਇਹ ਤਾਂ ਪਰਮੇਸ਼ਵਰ ਦੇ ਸਗੋਂ ਕੀਤੇ ਦੇ ਵਿੱਚ ਵਾਧਾ ਹੈ। ਜਦੋਂ ਏਦਾਂ ਦੀਆਂ ਗੱਲਾਂ ਕੀਤੀਆਂ ਸਮਝਾਇਆ ਗਿਆਨ ਹੋ ਗਿਆ ਪੁੱਛਿਆ ਵੀ ਤੂੰ ਚੇਲਾ ਕਿਹਦਾ ਤਾਂ ਮਨਸੁਖ ਨੇ ਆਖਿਆ ਵੀ ਮੈਂ ਗੁਰੂ ਨਾਨਕ ਦਾ ਚੇਲਾ ਹੈ ਜਿਹੜਾ ਕਲਯੁਗ ਦਾ ਪਹਿਲਾ ਰਿਆ ਕੋਈ ਬਣ ਕੇ ਆਇਆ ਹੈ ਉਹ ਆਖਣ ਲੱਗਾ ਓਏ ਉਹਦਾ ਸਿੱਖ ਇੰਨਾ ਵਧੀਆ ਤੇ ਗੁਰੂ ਕਿਦਾਂ ਦਾ ਹੋਏਗਾ। ਆਖਿਆ ਤੇਰੇ ਗੁਰੂ ਦੇ ਦਰਸ਼ਨ ਕਰਨੇ ਚਾਹੁੰਦਾ ਮਨਸੁਖ ਨੇ ਆਖਿਆ ਤੂੰ ਅਰਦਾਸ ਕਰਿਆ ਕਰ ਜਿਹੜਾ ਤੂੰ ਯਾਦ ਕਰਦਾ ਉਹਨੂੰ ਦਰਸ਼ਨ ਦਿਦਾਰੇ ਜ਼ਰੂਰ ਦੇਣ ਲਈ ਆਉਂਦਾ ਹੈ ਉਹ ਇਸ ਤਰ੍ਹਾਂ ਦਾ ਹੈ ਉਹਦੇ ਨਾਲ ਦੋ ਸਾਥੀ ਹੋਇਆ ਕਰਦੇ ਆ ਸਾਰੀ ਰੂਪ ਰੇਖਾ ਦੱਸੀ ਤੇ ਆਖਣ ਲੱਗਾ ਯਾਦ ਕਰ ਮੈਨੂੰ ਕਿਉਂ ਲੱਗਦਾ ਹੈ ਕਿ ਉਹ ਅੱਜ ਦੇ ਸਮੇਂ ਦੇ ਵਿੱਚ ਦੱਖਣੀ ਭਾਰਤ ਦੇ ਦੌਰੇ ਦੇ ਉੱਤੇ ਹੀ ਕਹਿੰਦੇ ਮਨਸੁਖ ਨੇ ਹੁਣ ਯਾਦ ਕਰਨਾ ਸ਼ੁਰੂ ਕੀਤਾ ਤੇ ਉੱਥੋਂ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਗੁਰੂ ਨਾਨਕ ਦਾ ਰੂਪ ਬਣ ਕੇ ਇਹਦੇ ਕੋਲ ਆ ਗਏ ਜੀ ਅਸੀਂ ਨਾਨਕ ਦਾ ਭਾਵ ਪੂਜਾ ਪ੍ਰਤਿਸ਼ਠਾ ਕਰਾਵਾਂਗੇ ਬੜਾ ਕੁਝ ਮਿਲੇਗਾ। ਦੰਭ ਕਹਿੰਦੇ ਦੰਭੀ ਬਣ ਕੇ ਜਦੋਂ ਆਏ ਇੱਕ ਦੋ ਜਾਣਿਆਂ ਨੇ ਤੇ ਲੁੱਟ ਵੀ ਲਿਆ ਬਾਅਦ 'ਚ ਪਤਾ ਲੱਗਿਆ ਵੀ ਇਹ ਤਾਂ ਗੁਰੂ ਨਾਨਕ ਨਹੀਂ। ਉਸ ਦਿਨ ਤੋਂ ਬਾਅਦ ਰਾਜੇ ਨੇ ਪ੍ਰੀਖਿਆ ਕਰਨੀ ਸ਼ੁਰੂ ਕੀਤੀ ਹੈ ਕੁਝ ਪੱਛੜਾਵਾਂ ਨੂੰ ਸੱਦਦਾ ਸੀ ਨ੍ਰਿਤਕਾਰਾਂ ਨੂੰ ਸੱਦਿਆ ਕਰੇ ਤੇ ਜਦੋਂ ਪਤਾ ਲੱਗੇ ਨਾ ਸਾਧੂ ਆਏ ਨੇ ਗੁਰੂ ਨਾਨਕ ਆਇਆ ਹੈ ਤੇ ਇਹ ਪਹਿਲਾਂ ਉਹਨਾਂ ਦੀ ਪ੍ਰੀਖਿਆ ਕਰਦਾ ਸੀ ਉਹਨਾਂ ਨੇ ਜਾਣਾ ਜਾ ਕੇ ਹਾਰ ਸ਼ਿੰਗਾਰ ਲਾ ਕੇ ਜਾਣਾ ਤੇ ਕਹਿੰਦੇ ਸਾਗ ਬਾਗ ਲੈ ਕੇ ਜਾਣੇ ਝਾਜਰਾਂ ਪਾ ਕੇ ਜਾਣੀਆਂ ਤੇ ਜਦੋਂ ਢੋਲਕੀਆਂ ਛੈਣੇ ਵੱਜਣੇ ਤੇ ਜਿਹੜਾ ਹੁੰਦਾ ਸੀ ਨਾ ਭੇਖੀ ਸਾ
ਕੰਨਾਂ ਵਿੱਚ ਪੈਣੀਆਂ ਅੱਖਾਂ ਫੁੱਟ ਕੇ ਵੇਖਿਆ ਵੀ ਸਾਹਮਣੇ ਰਾਜਕੁਮਾਰੀ ਹੈ, ਰਾਜਕੁਮਾਰੀ ਹੈ। ਕਹਿੰਦੇ ਵੀ ਮਨ ਬੋਲ ਗਿਆ, ਉਹਨੇ ਵੇਖਿਆ ਵੀ ਇਹ ਤਾਂ ਸੰਤ ਨਹੀਂ, ਇਹ ਤਾਂ ਸਾਧ ਨਹੀਂ, ਇਹਨੇ ਤੇ ਅੱਖਾਂ ਦੇ ਵਿੱਚ ਵੀ ਕੰਮ ਆ ਗਿਆ, ਹੱਥਾਂ ਦੇ ਵਿੱਚ ਵੀ, ਸਾਰੇ ਸਰੀਰ ਦੇ ਵਿੱਚ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਆਖਿਆ ਇਹ ਸੰਤ ਨਹੀਂ, ਕੋਈ ਸੰਤ ਆਵੇ, ਸੱਚਮੁੱਚ ਨਾਨਕ ਵਰਗਾ ਕੋਈ ਬਾਬਾ ਆਵੇ, ਸੰਤ ਆਵੇ। ਕਹਿੰਦੇ ਦੂਜੀ ਵਾਰ ਫਿਰ ਆਏ, ਦੇਖੀ ਬਣ ਗਏ ਤੇ ਰਾਜੇ ਨੂੰ ਆਖਿਆ ਜਿਹੜਾ ਅੱਜ ਆਇਆ ਨਾ ਉਹ ਸੱਚਮੁੱਚ ਨਾਨਕ ਹੈ, ਉਹ ਰੱਬ ਦਾ ਹੀ ਰੂਪ ਹੈ। ਆਖਿਆ ਵੀ ਜਿੰਨੀ ਦੇਰ ਪ੍ਰੀਖਿਆ ਨਾ ਕਰਾਂ ਨਹੀਂ ਬੁੱਧੀ ਜਾਂਦਾ। ਮੱਛਰਾਵਾਂ ਭੇਜੀਆਂ ਆਈਆਂ ਤੇ ਕਹਿੰਦੇ ਵੀ ਦੁੱਧ ਗੰਦ ਦੁੱਧ ਗੰਦ ਗੁਣ ਬਾਜਤ ਹੈ, ਕਹਿੰਦੇ ਗੁਰੂ ਭਗ ਸਾਹਿਬ ਵਜੇ ਸ਼ਰਮਣ ਸ਼ਰਮਣ ਸ਼ਿਕਾਰ ਤੋਂ ਪਾਏ। ਜਦੋਂ ਉਹਨਾਂ ਨੇ ਫਿਰ ਆਪਣੀਆਂ ਘੁੰਗਰਾਂ ਕਹਿੰਦੇ ਵੀ ਛਣਕਾਈਆਂ ਖੜਤਾਲਾਂ ਸਾਜ ਵਜੇ ਤੇ ਕਹਿੰਦੇ ਵੀ ਉਹ ਸਭ ਦੇ ਕੰਨਾਂ ਦੇ ਵਿੱਚ ਪਾਏ ਭੇਖੀ ਦੇ ਤੇ ਉਹਨੇ ਜਦੋਂ ਨੇਤਰ ਫੁੱਟੇ ਕਹਿਣ ਲੱਗਾ ਬਾਹਰ ਦੇ ਵੇਖ ਕਿੰਨੀਆਂ ਸੁੰਦਰ ਮਧੁਰ ਆਵਾਜ਼ਾਂ ਆ ਰਹੀਆਂ। ਦੇਖਿਆ ਸਾਹਮਣੇ ਬਾਦਸ਼ਾਹ ਬਾਦਸ਼ਾਹ ਜਾਦੀ ਸੀ, ਫਿਰ ਬੋਲ ਗਿਆ ਕਿਉਂਕਿ ਮਨ ਕਰਕੇ ਸੰਤ ਨਹੀਂ ਸੀ, ਤਨ ਕਰਕੇ ਸੰਤ ਸੀ। ਜੇ ਮਨ ਨਹੀਂ ਨਾ ਸ਼ੁੱਧ, ਮਹਾਰਾਜ ਕਹਿੰਦੇ ਮਨ ਮੈਲੇ ਸਭ ਕੁਛ ਹੈ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਈ। ਤੇ ਸੰਗਤ ਜੀ ਅੱਜ ਆਪਾਂ ਵਿਚਾਰ ਕਰੀਏ ਕਿ ਮਨ ਕਿੱਦਾਂ ਧੋਤਾ ਜਾਂਦਾ ਹੈ। ਅੱਜ ਗੁਰੂ ਨਾਨਕ ਦਾ ਗੁਰਪੁਰਬ ਮਨਾ ਰਹੇ ਹਾਂ, ਉਹਦੇ ਕੋਲੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ, ਤਾਂ ਹੀ ਕਹਿ ਸਕਦੇ ਨਾ ਵੀ ਅਸੀਂ ਗੁਰਪੁਰਬ ਮਨਾਇਆ ਹੈ। ਗੁਰੂ ਨਾਨਕ ਕਹਿੰਦੇ ਵੀ ਦੇਖੋ ਕਿਸੇ ਨੇ ਮਨ ਧੋਣਾ ਨਾ, ਮਨ ਤਨ ਧੋਣ ਦੇ ਲਈ ਵੱਖਰੇ ਪ੍ਰੋਡਕਟ ਹੈ ਤੇ ਮਨ ਧੋਣ ਦੇ ਲਈ ਵੱਖਰੇ। ਕਿਹੜੇ ਕਿਹੜੇ? ਕਹਿੰਦੇ ਵੀ ਭਰੀਏ ਹੱਥ ਪੈਰ ਤਨ ਦੇ, ਕਹਿੰਦੇ ਪਾਣੀ ਧੋਤਾ ਉਧਰਸ ਖੇ, ਮੂਤ ਪਲੀਤੀ ਕੱਪੜ ਹੋਏ ਬੇ ਸਾਬੂਨ ਲਈਆ ਉਹ ਧੋਏ, ਕੱਪੜਾ ਮੈਲਾ ਹੋ ਜਾਵੇ। ਕਈ ਤਰ੍ਹਾਂ ਦੇ ਸਰਫਾਂ ਆਉਂਦੀਆਂ ਨੇ, ਪਾਊਡਰ ਆਉਂਦੇ ਨੇ, ਕਾਸਟਿਕ ਸੋਡੇ ਆਉਂਦੇ ਨੇ, ਜਿਨ੍ਹਾਂ ਦੇ ਨਾਲ ਕੱਪੜੇ ਨੂੰ ਧੋਈਏ ਤੇ ਉਹਨਾਂ ਦੀ ਮੈਲ ਉੱਤਰ ਜਾਂਦੀ ਹੈ। ਕਹਿੰਦੇ ਜੇ ਭਰੀਆ ਮਨ ਪਾਪਾ ਕਹਿ ਸਕਦੇ, ਜੇ ਮਨ ਪਾਪਾ ਦੇ ਨਾਲ ਭਰ ਜਾਵੇ, ਜੇ ਮਨ ਮੈਲਾ ਹੋ ਜਾਵੇ, ਕਹਿੰਦੇ ਉਹ ਕਿੱਦਾਂ ਧੋਵਾਂਗੇ? ਕਹਿੰਦੇ ਇੱਕੋ ਇੱਕ ਤਰੀਕਾ ਤਰੀਕਾ ਆ, ਉਹ ਹੈ ਉਹ ਧੋਪੈ ਨਾਵੇ ਕਹਿ ਰੰਗ। ਸੰਗਤ ਜੀ ਇਹਦਾ ਮਤਲਬ ਇਹ ਹੋਇਆ, ਜਿਵੇਂ ਜਿਵੇਂ ਅਸੀਂ ਨਾਮ ਜਪਦੇ ਹਾਂ ਸਾਡੀ ਜਿਹੜੀ ਆਤਮਾ ਹੈ ਉਹ ਪਿਊਰੀਫਾਈ ਹੁੰਦੀ ਜਾਂਦੀ ਹੈ। ਅੱਜ ਜਲਸਿਸ ਕਰਦੇ ਹਾਂ ਨਾ, ਖੂਨ ਦੇ ਵਿੱਚੋਂ ਮਾੜੇ ਅੰਸ਼ ਸਾਰੇ ਬਾਹਰ ਕੱਢ ਦਿੰਦੇ ਆ। ਸੰਗਤ ਜੀ ਇਸੇ ਤਰ੍ਹਾਂ ਮਨ ਕਿਸੇ ਨੇ ਸਾਫ਼ ਕਰਨਾ ਹੋਵੇ, ਮਹਾਰਾਜ ਕਹਿੰਦੇ ਨਾਮ ਤੋਂ ਉੱਚੀ ਤੇ ਸੁੱਚੀ ਵਸਤੂ ਕੋਈ ਨਹੀਂ। ਨਾਮ ਜਪੋ, ਨਾਮ ਜਪਦਿਆਂ ਜਪਦਿਆਂ ਤੁਹਾਡੇ ਹਿਰਦੇ ਦੇ ਵਿੱਚ ਦਇਆ ਆਵੇਗੀ, ਤੁਹਾਡੇ ਹਿਰਦੇ ਵਿੱਚ ਸੰਤੋਖ ਆਵੇਗਾ, ਤੁਹਾਡੇ ਹਿਰਦੇ ਵਿੱਚ ਭਾਵ ਜਿੰਨੇ ਵੀ ਧਰਮ ਦੇ ਸ਼ੁਭ ਗੁਣ ਨੇ ਸਾਰੇ ਸੰਚਿਤ ਹੁੰਦੇ ਜਾਣਗੇ। ਕਿਉਂ ਗੁਰੂ ਨਾਨਕ ਮੈਂ ਬੇਨਤੀ ਕਰ ਰਿਹਾ ਸੀ, ਭੇਖੀ ਸੰਤ ਹੈ, ਉਹਨੇ ਵੇਖਿਆ ਵੀ ਇਹ ਤਾਂ ਸੰਤ ਨਹੀਂ, ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਅਗਲੇ ਦਿਨ ਉਹਨੇ ਫਿਰ ਟੋਂਡੀ ਪਟਵਾਈ, ਕਹਿਣ ਲੱਗੀ ਕੋਈ ਏਦਾਂ ਦੀ ਮਾਂ ਹੈ ਜਿਹਨੇ ਸੱਚਮੁੱਚ ਦਾ ਸੰਤ ਜੰਮਿਆ ਹੋਵੇ? ਨਾਨਕ ਏਦਾਂ ਦਾ ਹੈਗਾ ਵੀ ਇਹ ਕੋਈ ਨਹੀਂ, ਕੋਈ ਸੰਤ ਆਵੇ ਸੱਚਮੁੱਚ ਦਾ ਨਾਨਕ ਆਵੇ। ਕਹਿੰਦੇ ਕਿ ਜਦੋਂ ਇਸ ਤਰ੍ਹਾਂ ਨਿੰਦਿਆ ਹੋਈ, ਗੁਰੂ ਮਹਾਰਾਜ ਦੇ ਕੰਨਾਂ ਦੇ ਵਿੱਚ ਵੀ ਆਵਾਜ਼ ਪਈ ਵੀ ਇਸ ਤਰ੍ਹਾਂ ਰਾਜਾ ਚੱਲਿਆ ਜਾ ਰਿਹਾ ਹੈ, ਉਹ ਕਈ ਧਰਮੀਆਂ ਦੇ ਉੱਤੇ ਕਲੰਕ ਲੱਗਦਾ ਪਿਆ ਕਿ ਸਾਰੇ ਫਰੇਬੀ ਹੋਇਆ ਕਰਦੇ। ਕਹਿੰਦੇ ਗੁਰੂ ਨਾਨਕ ਮੇਰੇ ਫਾਲੇ ਤੇ ਮਰਦਾਨੇ ਨੂੰ ਲਿਆ ਕੇ ਬਹਿ ਗਏ, ਲਿਆ ਕੇ ਉਸ ਬਾਗ ਦੇ ਵਿੱਚ ਬੈਠੇ। ਅੱਜ ਫਿਰ ਸੁਨੇਹਾ ਭੇਜਿਆ ਬਾਦਸ਼ਾਹ ਜਾਦੀ ਨੂੰ, ਬਾਦਸ਼ਾਹ ਜਾਦੀ ਕੋਈ ਅੱਜ ਜਿਹੜਾ ਆਇਆ ਨਾ ਸੱਚਮੁੱਚ ਰੱਬ ਦਾ ਰੂਪ ਹੈ, ਉਹੋ ਹੀ ਹੈ ਜਿਹਨੂੰ ਗੁਰੂ ਨਾਨਕ ਕਿਹਾ ਕਰਦੇ ਹੈ ਜਿਹੜਾ ਕਲਯੁਗ ਦਾ ਪਹਿਲਾ ਰਹਿਬਰ ਬਣ ਕੇ ਆਇਆ। ਤੇ ਕਹਿੰਦੇ ਵੀ ਫਿਰ ਬਾਦਸ਼ਾਹ ਜਾਦੀ ਨੇ ਅੱਜ ਕਹਿਣ ਲੱਗੀ ਅੱਜ ਪ੍ਰੀਖਿਆ ਵੀ ਤਕੜੀ ਵੀ ਕਰਾਂਗੀ। ਅੱਗੇ ਜਿਹੜੀਆਂ ਸਹੇਲੀਆਂ ਪੰਜ ਸੱਤ ਹੁੰਦੀਆਂ ਸੀ, ਅੱਜ ਦਸ ਬਾਰਾਂ ਹੋਰ ਨਾਲ ਮਿਲਾ ਲਈਆਂ। ਕੱਪੜੇ ਜਿਹੜੇ ਸੀ ਹੋਰ ਭੜਕੀਲੇ ਪਾ ਲਏ ਤੇ ਕਹਿੰਦੇ ਝਾਜਰਾ ਸਾਡੀ ਨਾਲ ਉਹ ਤਿਆਰ ਕੀਤੇ, ਜਾ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿੱਥੇ ਬੈਠੇ ਸੀ ਉਹਨਾਂ ਦੇ ਸਾਹਮਣੇ ਜਾ ਕੇ ਕਹਿੰਦੇ ਵੀ ਖੜੀਆਂ ਹੋ ਗਈਆਂ। ਤੇ ਕਿਸੇ ਕਵੀ ਨੇ ਲਿਖਿਆ ਕਹਿੰਦਾ ਪਰਖਣ ਤਲੀਆਂ ਗੁਰਾਂ ਰਲ ਮਿਲ ਕੇ ਨਾਰਾ, ਉਹ ਜੋਗਣ ਠਾਠਾ ਮਾਰਦਾ ਸਭੇ ਨੂੰ ਪਿਆਰਾ, ਹੱਸਦਿਆਂ ਨੱਚਦਿਆਂ ਖੇਡਦਿਆਂ ਖਿੜੀਆਂ ਗੁਲਦਾਰਾ। ਕਹਿੰਦੇ ਵੀ ਇੱਧਰ ਆ ਕੇ ਜਦੋਂ ਗੁਰੂ ਨਾਨਕ ਦੇਵ ਸਾਹਮਣੇ ਆ ਕੇ ਖੜੀਆਂ ਹੋਈਆਂ, ਘੰਟਾ ਨੂੰ ਨੱਚੀਆਂ ਤੇ ਮਹਾਰਾਜ ਨੇ ਆਖੀ ਦੀ ਕੁੱਟੀ, ਤਿੰਨੇ ਜਾਣੇ ਮਸਤ ਹੋਏ ਬੈਠੇ, ਗੋਡਿਆਂ ਦੇ ਉੱਤੇ ਹੱਥ ਹੈ, ਗਲਾਂ ਦੇ ਵਿੱਚ ਮਾਲਾ ਹੈ, ਮਦਮਸਤ ਹੋਏ, ਅੱਖਾਂ ਹੀ ਨਹੀਂ ਟੁੱਟੀਆਂ, ਥੋੜੀਆਂ ਜਿਹੀਆਂ ਹੋਰ ਨੇੜੇ ਆ ਗਈਆਂ, ਘੰਟਾ ਡੇਢ ਘੰਟਾ ਹੋਰ ਲੰਘ ਗਿਆ ਤੇ ਹੁਣ ਹਾਲਤ ਪਤਲੀ ਪੈ ਗਈ, ਥੱਕ ਗਈਆਂ, ਕਹਿ ਰਹੀਆਂ ਸੀ ਇਹਦੇ ਅੱਖਾਂ ਹੀ ਨਹੀਂ ਟੁੱਟਦਾ। ਦੂਜੇ ਪਾਸੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਦੋਂ ਅੱਖਾਂ ਮਨ ਵਿੱਚ ਵਿਚਾਰ ਕੀਤੀ ਵੀ ਇਹ ਮੇਰੇ ਦੇਸ਼ ਦੀਆਂ ਕਾਕੀਆਂ ਬੀਬੀਆਂ ਗੁੱਡੀਆਂ, ਇਹਨਾਂ ਨੂੰ ਪੁੱਛੀਆਂ ਨੂੰ ਕੀ ਪਤਾ ਪਰ ਸੰਤ ਕਿੱਦਾਂ ਦਾ ਹੁੰਦਾ ਹੈ, ਸੱਚ ਦੀ ਕੀ ਨਿਸ਼ਾਨੀ ਹੈ।
ਕਹਿੰਦਾ ਵੀ ਅੱਖਾਂ ਤੈਨੂੰ ਖੋਲਣੀਆਂ ਚਾਹੀਦੀਆਂ। ਕੋਈ ਰਾਣੀ ਦੇ ਬਾਲ ਅਜੇ ਅੱਖਾਂ ਖੋਲੀਆਂ, ਜਦੋਂ ਅੱਖਾਂ ਖੁੱਲੀਆਂ ਤੇ ਵਿੱਚੋਂ ਇੱਕ ਅੱਖ ਲੱਗੀ ਨੀ ਅੜੀਓ, ਜਿਹੜਾ ਬਾਲ ਅਸੀਂ ਛੱਡਿਆ ਸੀ ਉਹ ਚੱਲ ਗਏ, ਚੱਲ ਗਏ। ਕਿਉਂ? ਕਿਉਂਕਿ ਨਾਮ ਦੇ ਪੰਜ ਬਾਣ ਮੰਨੇ ਨੇ, ਪੰਜ ਬਾਣ ਕਿਹੜੇ ਕਿਹੜੇ? ਉਹ ਕਹਿੰਦਾ ਮੋਹਨ ਤਾਪਨ ਵਸ਼ੀਕਰਨ ਉਦਮਾਤਮਨ ਉੱਚਾ, ਇਹ ਪੰਜ ਬਾਣ ਮਨ ਮਥਨ ਕੇ ਬਿਰਗਣ ਕਰ ਗਏ ਕਾਰ। ਪਹਿਲਾਂ ਜੀ ਜਦੋਂ ਕਾਮ ਵਾਰ ਕਰਦਾ ਹੈ ਨਾ ਉਦੋਂ ਕਹਿੰਦੇ ਮੋਹ ਲੈਂਦਾ ਹੈ, ਫਿਰ ਵਸ਼ੀਕਰਨ ਆਪਣੇ ਵਸ ਵਿੱਚ ਕਰ ਲੈਂਦਾ, ਉਦਮਾਤਮਨ ਭਾਵ ਮਸਤਾਨਾ ਜਿਹਾ ਕਰ ਦਿੰਦਾ ਹੈ, ਉੱਚਾਰ ਫਿਰ ਮਨ ਉੱਠ ਦਿੰਦਾ ਹੈ। ਕਹਿੰਦੇ ਉਦਮਾਤਮਨ ਉੱਚਾਰ ਇਹ ਪੰਜ ਬਾਣ ਮਨ ਮਥਨ ਕੇ ਕਹਿਣ ਲੱਗੀ ਵੀ ਇਹ ਬਾਬਾ ਬੋਲਿਆ ਗਿਆ। ਜਦੋਂ ਕਹਿਣ ਲੱਗੀ ਪਹਿਲਾਂ ਤੀਰ ਵੱਜ ਗਿਆ, ਗੁਰੂ ਨਾਨਕ ਦੇਵ ਮਹਾਰਾਜ ਨੇ ਅੱਖ ਪੁੱਟੀ ਦੇ ਸਾਹਮਣੇ ਦੇਖਿਆ ਕਿ ਬਾਦਸ਼ਾਹ ਜਾਦੀ ਖੜੀ ਹੈ। ਤੇ ਜਦੋਂ ਉਹਦੇ ਵੱਲ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਿਆ, ਆਖਣ ਲੱਗੇ ਧੀਏ ਮੇਰੀਓ ਬੱਚਿਓ, ਜਾਂ ਤੇ ਖੱਬੇ ਹੋ ਜਾਓ ਤੇ ਜਾਂ ਤੁਸੀਂ ਸੱਜੇ ਹੋ ਜਾਓ, ਇੱਥੋਂ ਥੋੜ੍ਹਾ ਜਿਹਾ ਰਾਹ ਵਿਹਲਾ ਕਰ। ਉਹ ਬੜੀਆਂ ਹੈਰਾਨ ਹੋਈਆਂ, ਤਾਜਬ ਹੋਈਆਂ, ਕਹਿਣ ਲੱਗੀਆਂ ਵੀ ਬਾਬਾ ਪਹਿਲਾਂ ਸਾਨੂੰ ਤੂੰ ਇਹ ਦੱਸ ਤੇਰੀਆਂ ਸਿੱਧੀਆਂ ਕਿੱਦਾਂ ਲੱਗੀਆਂ, ਤੇਰੀਆਂ ਅਸੀਂ ਬੁੱਢੀਆਂ ਕਿੱਦਾਂ ਲੱਗੀਆਂ, ਤੇਰੀਆਂ ਭੈਣਾਂ ਕਿੱਦਾਂ ਲੱਗੀਆਂ। ਗੁਰੂ ਨਾਨਕ ਆਖਣ ਲੱਗੇ ਜਦੋਂ ਮੈਂ ਘਰੋਂ ਚੱਲਿਆ ਸਨ ਵਾਸੀਆਂ ਤੇ ਵਾਸੀਆਂ ਦੇ ਗੱਲਾਂ ਸਾਹਿਬ, ਮੈਂ ਇਸ ਗੱਲ ਦਾ ਕਰਕੇ ਚੱਲਿਆ ਸਾ ਕਿ ਆਪਣੇ ਤੋਂ ਜਿਹੜੀ ਵੱਡੀ ਹੈ ਉਹਨੂੰ ਮਾਂ ਬਰਾਬਰ ਸਮਝਣ, ਜਿਹੜੀ ਬਰਾਬਰ ਦੀ ਹੈ ਭੈਣ ਸਮਝਣਾ, ਤੇ ਜਿਹੜੀ ਛੋਟੀ ਹੈ ਉਹਨੂੰ ਧੀ ਦੇ ਬਰਾਬਰ ਸਮਝਣਾ। ਉਹ ਮੇਰਾ ਮੇਰੀ ਇਸਤਰੀ ਤੇ ਮਾਣ ਹੈ, ਮੇਰੀ ਇਸਤਰੀ ਦਾ ਮੇਰੇ ਉੱਤੇ ਮਾਣ ਹੈ। ਇਸ ਕਰਕੇ ਤੁਸੀਂ ਮੇਰੇ ਕੋਲ ਉਮਰ ਵਿੱਚ ਕੁਝ ਛੋਟੀਆਂ ਨੇ, ਕੁਝ ਮੇਰੇ ਭਾਣੀਆਂ ਨੇ, ਕੁਝ ਮੇਰੀਆਂ ਭੈਣਾਂ ਲੱਗੀਆਂ ਤੇ ਕੁਝ ਮੇਰੀਆਂ ਧੀਆਂ ਲੱਗੀਆਂ। ਜਦੋਂ ਏਦਾਂ ਦੀ ਗੱਲ ਆਖੀ ਤੇ ਕਵੀ ਜੀ ਨੇ ਬਹੁਤ ਸੁੰਦਰ ਲਿਖਿਆ ਹੈ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਡੋਲ ਬੈਠੇ ਹੋਏ ਸੀ ਜਦੋਂ ਏਦਾਂ ਗੱਲ ਕੀਤੀ, ਕਹਿਣ ਲੱਗੇ ਜਾਂ ਖੱਬੇ ਹੋ ਜਾਓ ਜਾਂ ਸੱਜੇ ਹੋ ਜਾਓ। ਕਹਿਣ ਸਾਨੂੰ ਇਹ ਗੱਲ ਕਹਿਣ ਲੱਗਾ, ਤੈਨੂੰ ਪਤਾ ਇਹ ਬਾਗ ਤੇਰੇ ਪਿਤਾ ਨੇ ਲਵਾਇਆ, ਮੈਂ ਜਿੱਥੇ ਮੱਤੀ ਖੜਾ ਬਾਦਸ਼ਾਹ ਜਾਂਦੀ ਸੀ ਕਾਰਨ ਸੀ। ਕਹਿ ਲੱਗੀ ਜਿੱਥੇ ਮੱਤੀ ਖੜੋਵਾਂ ਤੂੰ ਬਾਬੂ ਨਾਨਕ ਮੈਨੂੰ ਇਹ ਗੱਲ ਕਹਿਣ ਵਾਲਾ ਕਿ ਜਾਂ ਖੱਬੇ ਹੋ ਜਾ ਜਾਂ ਸੱਜੇ ਹੋ ਜਾ। ਗੁਰੂ ਨਾਨਕ ਆਖਣ ਲੱਗੇ ਗੱਲ ਇਹ ਹੈ ਕਿ ਮੈਨੂੰ ਹੋਰ ਕੋਈ ਮਤਲਬ ਨਹੀਂ ਤੇਰੇ ਤੱਕ, ਧੀਏ ਗੱਲ ਇਸ ਤਰ੍ਹਾਂ ਜਿੱਥੇ ਤੂੰ ਖੜੀ ਹੈ ਨਾ, ਜਿੱਥੇ ਖੜੀ ਹੋਈ ਹੈ ਇਹ ਤੂੰ ਹਵਾ ਜਿਹੜੀ ਆ ਰਹੀ ਉਹ ਬੜੀ ਪਾਕ ਹੈ, ਉਹ ਬੜੀ ਪਵਿੱਤਰ ਹੈ। ਪਰ ਜਦੋਂ ਪਾਕ ਹੋਈ ਹੋਈ ਹਵਾ, ਉਹ ਜਦੋਂ ਪਵਿੱਤਰ ਹੋਈ ਹੋਈ ਹਵਾ ਤੇਰੇ ਤਨ ਦੇ ਨਾਲ ਲੱਗਦੀ ਹੈ, ਇਹਦੇ ਵਿੱਚੋਂ ਬਦਬੂ ਆਉਣ ਲੱਗ ਜਾਂਦੀ ਹੈ ਤੇ ਮੇਰੀ ਬਿਰਦੀ ਟੁੱਟਦੀ ਹੈ। ਇਸ ਕਰਕੇ ਜਾਂ ਖੱਬੇ ਹੋ ਜਾ ਜਾਂ ਫਿਰ ਸੱਜੇ ਹੋ, ਇਹ ਦੋ ਗੱਲਾਂ ਤੋਂ ਇੱਕ ਕੰਮ ਕਰਨਾ ਪਵੇਗਾ। ਤੇ ਕਹਿੰਦੇ ਵੀ ਉਹ ਬਾਦਸ਼ਾਹ ਜਾਦੀ ਖਿੜ ਖੜਾ ਕੇ ਅਸੀਂ ਆਖਣ ਲੱਗੀ ਵੀ ਸਾਰਾ ਤੈਨੂੰ ਪਤਾ ਹੈ ਦਿਹਾੜੀ ਦੇ ਵਿੱਚ ਚਾਰ ਵਾਰ ਗੁਲਾਬਾਂ ਦੇ ਪਾਣੀ ਨਾਲ ਮੈਂ ਨਹਾਉਣੀ ਆ, ਕੱਪੜੇ ਮੇਰੇ ਚੰਗੇ, ਅਭੁੱਖਣ ਮੇਰੇ ਚੰਗੇ, ਤੇ ਤੈਨੂੰ ਕਿੱਧਰੋਂ ਮੋਹ ਆ ਗਈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਏਦਾਂ ਦੀ ਗੱਲ ਕੀਤੀ, ਗੁਰੂ ਨਾਨਕ ਹੁਣ ਬਚਤ ਵਿੱਚ ਆ ਗਏ ਸੀ, ਉੱਠ ਕੇ ਖੜੇ ਹੋ ਗਏ, ਆਖਣ ਲੱਗੇ ਬਾਦਸ਼ਾਹ ਜਾਦੀ ਗੱਲ ਇਸ ਤਰ੍ਹਾਂ, ਕੁਦਰਤ ਕਾਮਰਾ ਨੇ ਤੇਰੀਆਂ ਹੱਡੀਆਂ ਦਾ ਇੱਕ ਪੁਤਲਾ ਬਣਾਇਆ, ਕੁਦਰਤ ਨੇ ਤੇਰੀਆਂ ਹੱਡੀਆਂ ਦਾ ਇੱਕ ਪਿੰਜਰਾ ਬਣਾਇਆ, ਉਸ ਪਿੰਜਰੇ ਦੇ ਵਿੱਚ ਚਰਬੀ ਭਰੀ ਤੇ ਉਹਦੇ ਵਿੱਚ ਟਾਂਗੇ ਬੜੇ ਪੱਕੇ ਲਾਏ, ਇੰਨੇ ਕੁ ਟਾਂਗੇ ਪੱਕੇ ਤੇ ਖਿੱਚਿਆ ਵੀ ਟੁੱਟਦੇ ਨਹੀਂ, ਤੇ ਉਹਨਾਂ ਟਾਂਗਿਆਂ ਦੇ ਉੱਤੇ ਇੱਕ ਕਵਰ ਦਿੱਤਾ ਮੈਨੂੰ, ਜਿਹੜਾ ਬੜਾ ਸਫੇਦ ਰੰਗ ਦਾ ਹੈ, ਬੜਾ ਚਿੱਟਾ ਹੈ, ਬੜਾ ਆਕਰਸ਼ਿਤ ਕਰਨ ਵਾਲਾ ਹੈ। ਉਸ ਕਵਰ ਨੂੰ ਕੱਢਣ ਦੇ ਲਈ ਤੂੰ ਵਸਤਰ ਬੜੇ ਵਧੀਆ ਪਹਿਨੇ ਹੋਏ ਹੈ, ਉਹਨਾਂ ਵਸਤਰਾਂ ਨੂੰ ਹੋਰ ਸ਼ਿੰਗਾਰਨ ਦੇ ਲਈ ਉਹ ਤੂੰ ਅਭੁੱਖਣ ਬਹੁਤ ਵਧੀਆ ਪਹਿਨੇ ਹੋਏ ਹੈ। ਪਰ ਧੀਏ ਬੱਚੀਏ ਗੱਲ ਇਹ ਹੈ ਕਿ ਮੈਂ ਤੇਰੇ ਇਹਨਾਂ ਅਭੂਸ਼ਣਾਂ ਨੂੰ ਵੇਖਣ ਵਾਲਾ ਨਹੀਂ, ਮੈਂ ਤੇਰੇ ਇਹਨਾਂ ਸੁੰਦਰ ਵਸਤਰਾਂ ਨੂੰ ਵੇਖਣ ਵਾਲਾ ਨਹੀਂ, ਮੈਂ ਤੇਰੇ ਚਿੱਟੇ ਚਮਕਦੇ ਚਮੜੇ ਨੂੰ ਵੇਖਣ ਵਾਲਾ ਨਹੀਂ, ਮੈਂ ਤੇਰੀ ਚਰਬੀ ਨੂੰ ਵੇਖਣ ਵਾਲਾ ਨਹੀਂ, ਮੈਂ ਤੇਰੇ ਹੱਡੀਆਂ ਦੇ ਪਿੰਜਰੇ ਨੂੰ ਵੇਖਣ ਵਾਲਾ ਨਹੀਂ। ਉਹ ਵੇਖ ਤੇਰੇ ਚਿੱਟੇ ਕੱਪੜਿਆਂ ਦੇ ਵਿੱਚ ਚਿੱਟਾ ਚਮੜਾ, ਉਹਦੇ ਵਿੱਚ ਚਰਬੀ, ਉਹਦੇ ਵਿੱਚ ਫਿਰ ਹੱਡੀਆਂ ਦਾ ਪੁਤਲਾ, ਹੱਡੀਆਂ ਦੇ ਪੁਤਲੇ ਵਿੱਚ ਇੱਕ ਤੇਰਾ ਅੰਤਿਸ਼ ਕਰਨ ਹੈ, ਗੱਲ ਇੱਥੇ ਲਿਆਉਣੀ ਹੈ, ਇੱਕ ਤੇਰਾ ਅੰਤਿਸ਼ਕਰਨ ਹੈ ਜਿਹਦੇ ਵਿੱਚ ਤਿੰਨ ਦੋਸ਼ ਨੇ, ਕਿਹੜੇ ਕਿਹੜੇ? ਗੁਰੂ ਨਾਨਕ ਕਹਿ ਰਹੇ ਸੀ ਮਲ, ਵਿਖੇਪ ਤੇ ਅਵਰਣ, ਇਹਨਾਂ ਤਿੰਨਾਂ ਦੋਸ਼ਾਂ ਨੇ ਤੇਰਾ ਮਨ ਪੈਦਾ ਕੀਤਾ ਹੋਇਆ, ਤੇਰਾ ਮਨ ਪਾਪੀ
ਬਦਾਰ ਪੁੱਤਰ ਕੀ ਹੋਇਆ ਤੇਰਾ ਹਾਲ ਸ਼ਿੰਗਾਰ ਬੜਾ ਚੰਗਾ ਹੈ ਤੇਰਾ ਰੂਪ ਬੜਾ ਚੰਗਾ ਹੈ ਉਹ ਪਰ ਇਸ ਹਾਲ ਸ਼ਿੰਗਾਰ ਦੇ ਵਿੱਚ ਤੇਰੇ ਰੂਪ ਦੇ ਵਿੱਚ ਇਸ ਦੇਹੀ ਦੇ ਵਿੱਚ ਤੂੰ ਨਾਮ ਨਹੀਂ ਵਸਾਇਆ ਇਸ ਕਰਕੇ ਤੇਰੇ ਸਰੀਰ ਦੇ ਵਿੱਚੋਂ ਬਦਬੋ ਹੁੰਦੀ ਹੈ ਜਾਂ ਖੱਪੇ ਹੋ ਜਾ ਜਾਂ ਸੱਜੀ ਹੋ ਜਾ ਮਹਾਰਾਜ ਕਹਿੰਦੇ ਵੀ ਹੈ ਕੀ ਹੈ ਵਾਲੀ ਬਲਿਹਾਰੀ ਜਾਈਏ ਦਾਦੇ ਦੀ ਸ਼ਾਨ ਤੋਂ ਜਿਹਦੀ ਕੁਦਰਤ ਬਣਾਇਆ ਇਹ ਬੰਦਾ ਹੈ ਢੋਲ ਦੀ ਹੱਡੀਆਂ ਦੇ ਜੋੜ ਜੋੜੇ ਜੁੱਤ ਨਾਲ ਕੀਤੀ ਤੂੰ ਸਫਾਈ ਸੋਹਣਾ ਫੇਰ ਫੇਰ ਰੰਗਾ ਹੈ ਉੱਤੋਂ ਉੱਤੋਂ ਸੋਹਣੇ ਕੋਚੇ ਨਾਲ ਕੋਚਿਆਂ ਮਨਾਰਾ ਬਾਬਾ ਤੇ ਵਿੱਚ ਵੱਲ ਮੂੰਹ ਤੇ ਉਹਦੇ ਭਰ ਦਿੱਤਾ ਗੰਦਾ ਹੈ ਕਹਿੰਦਾ ਬੰਦਾ ਹੋ ਕੇ ਕਰੇ ਬੰਦਗੀ ਤੇ ਬੰਦਾ ਚੰਗਾ ਤੇ ਬੰਦਗੀ ਹੁਣ ਮਹਾਤਮਾ ਦਾ ਸਮਝਾਉਣ ਦਾ ਤਰੀਕਾ ਸੀ
ਵੱਖੋ ਵੱਖਰੇ ਤਰੀਕੇ ਹੋਇਆ ਕਰਦੇ। ਮਹਾਤਮਾ ਨੇ ਆਪਣੇ ਗਲਵੇ ਵਿੱਚੋਂ ਪਾਣੀ ਕੱਢਿਆ ਤੇ ਉਹਦੇ ਉੱਤੇ ਪਾਇਆ, ਗੰਦਗੀ ਦੇ ਉੱਤੇ ਜਦੋਂ ਪਾਇਆ ਤੇ ਉਹਦੇ ਵਿੱਚੋਂ ਇੱਕ ਆਤਮਾ ਇੱਕ ਲਾਈਟ ਦਾ ਪ੍ਰਕਾਸ਼ ਹੋਇਆ। ਆਖਣ ਲੱਗੇ ਮਹਾਤਮਾ ਵੀ ਇਹ ਮੁੰਡੇ ਕਹਿੰਦੇ ਆ ਵੀ ਤੂੰ ਸਭ ਤੋਂ ਗੰਦੀ ਚੀਜ਼ ਹੈ, ਕੀ ਤੂੰ ਸਭ ਤੋਂ ਗੰਦਾ ਹੈ? ਕਹਿੰਦਾ ਜੀ ਨਹੀਂ, ਮੈਂ ਤਾਂ ਸਭ ਤੋਂ ਉੱਤਮ ਚੀਜ਼ ਹੈ, ਮੈਨੂੰ ਤਾਂ ਸੰਸਕਾਰਾਂ ਹੁੰਦੀ ਹੈ। ਅੱਗੇ ਕੇਸਰਾ ਕਹਿੰਦਾ ਜੀ ਮੈਂ ਉਹ ਹਾਂ, ਮੈਂ ਹਾਂ ਅੰਨ। ਕਹਿੰਦਾ ਕਿ ਜਦੋਂ ਜ਼ਿਮੀਦਾਰ ਨੇ ਮੈਨੂੰ ਜ਼ਮੀਨ ਵਿੱਚ ਬੀਜਿਆ ਉਹਨੇ 100 ਸੁੱਖਾਂ ਸੁੱਖੀਆਂ, ਮੇਰਾ ਕੋਈ ਦਾਣਾ ਖਰਾਬ ਨਾ ਜਾ। ਕਹਿੰਦਾ ਉਂਗਰ ਆਇਆ, ਕਹਿੰਦਾ ਜਦੋਂ ਉਂਗਰਿਆ ਤੇ ਉਹਨੇ ਧੰਨਵਾਦ ਕੀਤਾ, ਬਟ ਵੱਡਾ ਹੋਇਆ ਬੂਟਾ ਬਣਿਆ ਤੇ ਦੇਖ ਦੇਖ ਕੇ ਖੁਸ਼ ਹੁੰਦਾ ਰਿਹਾ ਜ਼ਿਮੀਦਾਰ। ਕੁਝ ਹੋਰ ਅਗਾਂਹ ਵਧਿਆ ਤੇ ਸਿੱਟੇ ਆਏ, ਕਹਿੰਦੇ ਫਿਰ ਦਾਣੇ ਕੱਟ ਕੇ ਦਾਣੇ ਕੱਟ ਕੇ ਜਦੋਂ ਜ਼ਮੀਨ ਉਹ ਫਸਲ ਘਰ ਲਿਆਉਂਦੀ ਤੇ ਵੱਡਾ ਸਾਰਾ ਬੋਲ ਲਾਇਆ ਗਿਆ ਅੰਨ ਦਾ। ਕਹਿੰਦੇ ਵੀ ਵੱਡਾ ਸਾਰਾ ਬੋਲ ਲੱਗਿਆ ਉਹਦੇ ਉੱਤੇ ਜ਼ਿਮੀਦਾਰ ਦੀਵਾ ਜਗਾਉਂਦੇ ਸੀ, ਜੇ ਕੋਈ ਆਉਂਦਾ ਸੀ ਮੇਰੇ ਕੋਲ ਲੋਕ ਨਾ ਜੁੱਤੀ ਝਾੜ ਕੇ ਜੁੱਤੀ ਪਲਾ ਲਾ ਕੇ ਆਉਂਦੇ ਸੀ, ਮੇਰਾ ਬੜਾ ਸਤਿਕਾਰ ਸੀ। ਕਹਿੰਦਾ ਹੋਇਆ ਕੀ, ਮੇਰੇ ਕੋਲ ਏਦਾਂ ਕਿਉਂ ਬਣ ਗਿਆ ਗੰਦਗੀ? ਕਹਿਣ ਲੱਗਾ ਜੀ ਉਹ ਪਾਪੀ ਮਨੁੱਖ ਦੇ ਨਾਲ ਲੱਗ ਗਿਆ, ਇਹਨੇ ਮੇਰਾ ਇਹ ਹਾਲ ਕਰਕੇ ਰੱਖ ਦਿੱਤਾ। ਮਹਾਰਾਜ ਆਸਾ ਦੀ ਬਾਣੀ ਵਿੱਚ ਲਿਖਦੇ ਹੈ, ਕਹਿੰਦੇ ਵੀ ਅੰਨ ਦੇਵਤਾ, ਪਾਣੀ ਦੇਵਤਾ, ਵੈ ਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਘਿਰਤ ਤਾਂ ਹੋਵਾ ਪਾਕ ਭਵਿੱਤ। ਕਹਿੰਦਾ ਕੀ ਹੋਇਆ? ਕਹਿੰਦਾ ਪਾਪੀ ਸਿਓ ਤਨ ਕੱਢਿਆ, ਭਾਈ ਇਸ ਪਾਪੀ ਮਨੁੱਖ ਦੇ ਨਾਲ ਜਦੋਂ ਮੈਂ ਲੱਗ ਗਿਆ, ਕਹਿੰਦਾ ਥੁੱਕਾ ਪਈਆਂ ਥਿੱਤ, ਆ ਵੇਖੋ ਜੀ ਆਹ ਹਾਲ ਕਰਕੇ ਰੱਖ ਦਿੱਤਾ। ਕਹਿੰਦੇ ਜੇ ਤੂੰ ਨਾਮ ਨਾ ਪੁੱਛਦਾ ਬਿਨ ਨਾਮ ਹੈ ਰਸ ਖਾਏ, ਉਹ ਨਾਨਕ ਕਿਹੜੇ ਜਾਣੀਏ। ਕਹਿੰਦੇ ਥਿੱਤ ਮੁੱਖ ਥੁੱਕਾ ਪਾਏ, ਜਿਹਨੇ ਨਾਮ ਨਹੀਂ ਜਪਿਆ। ਕਹਿੰਦੇ ਵੀ ਉਹਦੀ ਇਹ ਹਾਲਤ ਕੁੜੀਏ, ਤੂੰ ਕਾਹਦਾ ਆਪਣੇ ਰੂਪ ਦੇ ਉੱਤੇ ਗੁਮਾਨ ਕਰਦੀ, ਤੇਰੇ ਰੂਪ ਵਿੱਚ ਹੈ ਕੀ ਮੇਰੀ ਗੰਦਗੀ? ਜਦੋਂ ਏਦਾਂ ਦੀ ਗੱਲ ਕੀਤੀ ਗਿਆਨ ਹੋ ਗਿਆ, ਅੱਖਾਂ ਖੁੱਲ ਗਈਆਂ। ਕਹਿੰਦੇ ਅੱਖਾਂ ਖੋਲ ਕੇ ਆਖਿਆ ਸਤਿਗੁਰਾਂ ਨੇ, ਬੇਟਾ ਪਿਤਾ ਨੂੰ ਨਾਚ ਵਿਖਾਈਦਾ ਨਹੀਂ, ਸਿਰ ਤੇ ਪ੍ਰਾਪ ਦੇ ਕੇ ਕਿਹਾ ਉਸਨੂੰ, ਬੇਟਾ ਜਾਣਾ ਬਾਪ ਨੂੰ ਗੰਦਾ ਸੁਣਾਈਦਾ ਨਹੀਂ, ਜਿੱਦਾਂ ਜਿਸ ਪ੍ਰਕਾਰ ਨੇ ਸੰਤੋਖਣ ਬੱਚੂ ਉਸਨੂੰ ਦਿਲੋਂ ਭੁਲਾਈਦਾ ਨਹੀਂ, ਪਰ ਉੱਪਰ ਮੂੰਹ ਕਰਕੇ ਜਿਹੜਾ ਗੱਲ ਦੇ ਸਾਨੂੰ ਲੈ ਕੇ ਪਿਤਾ ਦੇ ਕੋਲ ਸ਼ਰਮਾਈਦਾ। ਜਦੋਂ ਏਦਾਂ ਦੀਆਂ ਬੇਨਤੀਆਂ ਕੀਤੀਆਂ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ
ਉਹਨੂੰ ਬਖਸ਼ਿਆ। ਕਹਿੰਦੇ ਫਿਰ ਵਾਪਸ ਗਈਆਂ ਜਾ ਕੇ ਪਿਤਾ ਨੂੰ ਦੱਸਿਆ, ਜਿਹੜਾ ਰਾਜਾ ਸ਼ਰਾਬ ਸੀ ਉਹਨੂੰ ਜਾ ਕੇ ਕਹਿਣ ਲੱਗੀਆਂ, ਪਿਤਾ ਜੀ ਅੱਜ ਜਿਹੜਾ ਸਭ ਦੇਖਿਆ ਨਾ, ਅੱਜ ਅਸੀਂ ਹਾਰ ਗਈਆਂ। ਉਹਨੇ ਆਖਿਆ ਤੁਸੀਂ ਆਪਣਾ ਜੋਬਨ ਨਹੀਂ ਵਿਖਾਇਆ? ਪਿਤਾ ਜੀ ਸਾਰਾ ਕੁਝ ਵਿਖਾਇਆ, ਕਹਿੰਦਾ ਉਹਦਾ ਦਿਲ ਲੈਣ, ਪਰ ਸਗੋਂ ਦਿਲ ਦੇ ਆਈਆਂ। ਤਕੜੀ ਸਿੰਦਗੀ ਤੇ ਉਸ ਪੂਰਾ ਤੋਲਿਆ, ਲਿਬ ਲਿਬ ਨਾਚ ਕੀਤੇ ਨਖਰੇ ਲਦਾਕਾਂ ਵੀ, ਪਰ ਫਕੀਰ ਰਾਜਾ ਜਰਾ ਵੀ ਨਾ ਡੋਲਿਆ। ਤੇ ਕਹਿੰਦੇ ਵੀ ਉਹ ਪਰ ਫਕੀਰ ਰਾਜਾ ਜਰਾ ਵੀ ਨਾ ਡੋਲਿਆ। ਅਸਾਂ ਕਿਹਾ ਚੱਲ ਸਾਡੇ ਨਾਲ ਪਲ ਬਣਾਵਾਂ ਗਿਆ, ਬੈਠੋ ਬੇਟਾ ਪਾਸ ਮੇਰੇ, ਸਗੋਂ ਸਾਨੂੰ ਬੋਲਿਆ ਤੇ ਹੱਥ ਜੋੜ ਕੰਮ ਕੰਮ ਮੱਥੇ ਟੇਕੇ ਸਾਰੀਆਂ ਨੇ, ਤਾਰਾ ਗਿਆਨ ਵਾਲਾ ਸਾਡਾ ਉਸ ਬੋਲਿਆ। ਜਦੋਂ ਖੇਤਾਂ ਜਾ ਕੇ ਬੇਨਤੀ ਕੀਤੀ, ਪਿਤਾ ਜੀ ਅੱਜ ਸੱਚਮੁੱਚ ਦਾ ਨਾਲ ਕੇ ਆਇਆ। ਕਹਿੰਦੇ ਰਾਜਾ ਸ਼ਿਵਨਾਬ ਆਪ ਹੀ ਆਇਆ ਸੀ ਤੇ ਜਾ ਕੇ ਦੱਸਿਆ, ਪਿਤਾ ਜੀ ਜਿਹੜਾ ਬਾਗ ਜਿਹੜਾ ਸੁੱਟਾ ਸੀ ਨਾ ਸੁੱਟਾ, ਉਹਨੇ ਐਸੀ ਸੱਚ ਪੜ੍ਹੀ ਹੈ, ਕੋਈ ਐਸੀ ਮਿੱਠੀ ਬਾਣੀ ਪੜ੍ਹੀ ਹੈ, ਸਾਰਾ ਬਾਗ ਹਰਿਆ ਭਰਿਆ ਹੋ ਗਿਆ ਹੈ। ਤੇ ਕਹਿ ਰਹੀਆਂ ਸੀ ਬਾਗ ਦੀ ਬਾਗ ਸੀ ਜੋ ਸਦੀਆਂ ਦਾ ਸੁੱਕਾ ਹਰਿਆ ਹੋ ਗਿਆ, ਸੀਤ ਭਾਗਾ ਜੋ ਕਦੀ ਅੱਜ ਭਾਗ ਭਰਿਆ ਹੋ ਗਿਆ, ਅਰਸ਼ਾਂ ਤੋਂ ਅੱਜ ਫਰਸ਼ ਤੇ ਬੈਠਾ ਇਲਾਹੀ ਨੂਰ ਹੈ, ਉਹ ਜਾ ਕੇ ਤਕਲਾ ਬਾਗ ਆਪਣਾ ਬਣਿਆ ਅੱਜ ਕੋਈ ਦੂਰ ਹੈ, ਚੰਨਾ ਉਹਦੇ ਨੈਣਾਂ ਦੇ ਵਿੱਚ ਨਾਮ ਵਸਦੀ ਕਿਹੜੇ ਦਾ ਰੰਗ ਲਾਲ ਹੈ, ਫਿਰ ਰਹੀ ਆ ਮਾਲਾ ਹੱਥ ਵਿੱਚ ਰੂਪ ਕਿਆ ਕਮਾਲ ਹੈ। ਉਹ ਇਹ ਕਿਹਾ ਸਾਥੀ ਨਾਲ ਉਹਦੇ ਬਸਤੀ ਦੇ ਵਿੱਚ ਗਾ ਲਿਆ, ਸਾਡੇ ਦੀਆਂ ਨੂੰ ਉਬਾਲ ਕਲੇਜੇ ਪਾ ਲਿਆ। ਰਾਜਾ ਜੀ ਪਿਤਾ ਜੀ ਕਿਤੇ ਉਸ ਫਕੀਰ ਦਾ ਦਰਸ਼ਨ ਕਰ ਜਾ ਕੇ, ਕਹਿੰਦੇ ਰਾਜਾ ਫਿਰ ਆ ਕੇ ਆਇਆ, ਆ ਕੇ ਰਾਜੇ ਨੇ ਸਭ ਤੋਂ ਪਹਿਲਾਂ ਭੋਜਨ ਮੰਗੀ ਤੇ ਰਾਜਾ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੋਂ ਬਖਸ਼ਿਸ਼ ਮੰਗਦਾ ਤੇ ਕੀ ਲਿਖਦਾ ਹੈ।